ਸੀਗਾ ਟਰਾਂਸਪੋਰਟ ਮੰਤਰੀ ਸਾਹਿਬ, ਮੈਂ ਇਸ ਵੇਲੇ ਖੜ੍ਹਾ ਲੁਧਿਆਣਾ ਬੱਸ ਅੱਡੇ ਦੇ ਵਿੱਚ ਜੀ। ਆਹ ਤੁਹਾਨੂੰ ਇੱਥੇ ਵੀ ਗੰਦਗੀ ਦਿਖਾਉਂਦੇ ਹਾਂ, ਮੈਂ ਕਹਿੰਦਾ ਲਟਾਓ ਇੱਥੇ, ਆ ਜਿਹੜਾ ਬੱਸ ਅੱਡੇ ਦਾ ਇੰਚਾਰਜ ਆ ਜੋ ਵੀ ਉਹਨੂੰ ਵੀ ਆ ਜਾ ਭਾਈ, ਤੇਰੀ ਕਰੀ ਐਸੀ ਧੈਸੀ ਆ ਦੇ। ਆਹ ਕਿੰਨਾ ਚਿੱਕੜ ਉਹਦੇ ਰਾਜਾ ਬਣਿੰਗ ਵੀ ਇੱਥੇ ਆਇਆ ਸੀ, ਸਫਾਈ ਕਰੇ ਗਿਆ, ਕੱਖ ਨਹੀਂ ਹੋਇਆ। ਉਵੇਂ ਹੁੰਦਾ ਸਰਕਾਰੀ ਬੰਦਾ ਕੰਮ ਨਹੀਂ ਕਰਦਾ, ਲੱਖਾਂ ਰੁਪਏ ਤਨਖਾਹ ਲੈਂਦਾ, ਕੰਮ ਕੱਖ ਨਹੀਂ ਕਰਦਾ, ਠੀਕ ਹੈ ਨਾ। ਸਰਕਾਰੀ ਬੰਦੇ ਨੂੰ ਕੱਢੋ ਬਾਹਰ। ਆਹ ਲੈਟਰਿੰਗ ਆ, ਬਾਥਰੂਮ ਆ ਦੇਖੋ ਜੀ, ਆਹ ਤਾਲੇ ਲੱਗੇ ਹੋਏ ਆ, ਠੀਕ ਹੈ ਨਾ, ਟੁੱਟਿਆ ਪਿਆ ਹਾਲਾਤ। ਕਿਉਂ ਭਾਈ, ਕੀ ਚੱਕਰ ਆ, ਤਾਲੇ ਕਿਉਂ ਲਾਏ ਹੋਏ ਨੇ, ਦੱਸੋ ਮੈਨੂੰ ਜੀ, ਜਰਾ ਜਵਾਬ ਦਿਓ। ਆ ਗੰਦਗੀ ਢੇਰ, ਆ ਬੂਟੇ ਉੱਗੇ ਪਏ ਨੇ, ਛੱਤਾਂ 'ਤੇ ਪਿੱਪਲ ਦੇ ਦਰਖਤ ਨੇ, ਫਿਰ ਛੱਤਾਂ ਪਾੜ ਜਾਣਗੀਆਂ। ਆ ਗੰਦਗੀ ਸਾਰੀ, ਆ ਵੀ ਗੰਦਗੀ ਆ, ਸਾਰੀ ਗੰਦਗੀ ਉਹਦੇ ਭਰੀ ਪਈ ਆ, ਠੀਕ ਹੈ ਜੀ। ਆ ਦੋ ਆਪਾਂ ਪੀਤਾਂ, ਜਾਂ ਸਾਫ ਸਫਾਈ ਕੋਈ ਨਹੀਂ ਕਰਦਾ। ਆ ਦੇਖੋ ਜੀ, ਸਾਰੀ ਗੰਦਗੀ ਭਰੀ ਪਈ ਹੈ ਜੀ, ਧਿਆਨ ਦਿਓ ਮੰਤਰੀ ਸਾਹਿਬ, ਟਰਾਂਸਪੋਰਟ ਮੰਤਰੀ ਸਾਹਿਬ। ਆਹ ਦੇਖੋ ਸਾਰੀ ਗੰਦਗੀ ਪਈ ਵੀ, ਉੱਧਰ ਭਰੇ ਵੀ ਦਿਖਾਉਂਦੇ ਹਾਂ ਤੁਹਾਨੂੰ। ਆਹ ਦੇਖ, ਨੇੜੇ ਜਾ ਕੇ ਦਿਖਾਉਂਦਾ। ਆਹ ਦੇਖ, ਡਿਪਾਰਟਮੈਂਟ ਨੇ ਲਾਇਆ ਹੋਇਆ, ਦੇਖਣ ਨੂੰ ਲਾਇਆ ਹੋਇਆ, ਇਹ ਚੱਲਦਾ ਚੁੱਲਦਾ ਤਾਂ ਹੈ ਨਹੀਂ ਹੈਗਾ ਜੀ। ਇਹ ਉਹ ਰੇਲਵੇ ਮਿਨਿਸਟਰ ਸਾਹਿਬ ਤੁਹਾਨੂੰ ਟਵੀਟ ਕਰਨ ਲੱਗੇ ਹਾਂ, ਡਿਪਾਰਟਮੈਂਟ ਤੁਹਾਨੂੰ ਦੇਖੋ ਵੀ ਚਲਾਓ, ਇਹ ਲੱਖਾਂ ਰੁਪਈਏ ਲਾ ਕੇ ਬਣਾਏ ਹੋਏ ਨੇ, ਕਾਹਦੇ ਲਈ, ਦੇਖਣ ਨੂੰ ਲਾਏ ਹੋਏ ਨੇ। ਉਹ ਬਜ਼ੁਰਗਾਂ ਨੂੰ ਕਿੰਨਾ ਔਖਾ ਹੋ ਰਿਹਾ ਉਤਰਨਾ, ਕੁਛ ਨਹੀਂ ਹੈਗਾ, ਐਵੇਂ ਲੱਖਾਂ ਰੁਪਈਏ ਲਾਏ, ਖਰਾਬ ਕੀਤੇ ਹੋਏ, ਟੈਕਸਾਂ ਦਾ ਪੈਸਾ ਖਰਾਬ ਕੀਤਾ ਹੋਇਆ ਵਾ, ਨਾ ਸਕਰੀਨ ਚੱਲਦੀ ਹੈ ਜੀ, ਨਾ ਕੁਛ ਹੈ। ਆਹ ਵੀ ਚੱਲਦਾ ਹੈਗਾ ਸਕੈਨਰ ਸਕੂਨਰ ਕਿ ਐਵੇਂ ਦਿਖਾ ਨੂੰ। ਅੱਜ ਨਾ ਰੇਲਵੇ ਸਟੇਸ਼ਨ ਆਏ ਸੀ ਲੁਧਿਆਣੇ, ਕਿਸੇ ਨੂੰ ਅਤੇ ਆਹ ਪੌਦੇ ਦੇਖੋ ਜਿੱਥੇ ਸਾਰੇ, ਕੀ ਹਾਲ ਕੀਤਾ ਹੋਇਆ ਮਿੱਟੀ ਦਾ, ਮਿੱਟੀ ਲਾਲ ਕਰਤੀ, ਜਰਦਾ ਖਾ ਖਾ ਕੇ, ਪੀਕਾਂ ਸਿੱਟ ਸਿੱਟ ਕੇ, ਕੰਧ ਪਾਇਆ ਪਿਆ ਹੈਗਾ ਜੀ, ਠੀਕ ਹੈ ਨਾ। ਕੀ ਪੌਦਾ ਵਧੂਗਾ ਹੋਊਗਾ ਜੀ, ਆਹ ਚੜ੍ਹਦੇ ਦਾਗ ਪੌਦੇ ਉੱਤੇ, ਗੰਧ ਪਾਇਆ ਹੋਇਆ ਇੱਥੇ ਜੀ ਸਾਰਾ, ਇੱਧਰ ਵੀ। ਆਹ ਦੇਖੋ ਆਹ ਵੀ ਪੌਦੇ ਦੇ ਜੀ, ਜਿੰਨੇ ਨੇ ਨਾ ਇੱਥੇ ਲੱਗੇ ਹੋਏ, ਸਾਰਿਆਂ ਨੂੰ ਲਾਲ ਕੀਤਾ ਪਿਆ, ਖਾ ਖਾ ਚਰਦਾ ਸਿਗਰਟ ਬੀੜੀਆਂ, ਗੰਦ ਪਾਇਆ ਪਿਆ ਵੈ, ਠੀਕ ਹੈ ਨਾ। ਇਹ ਆ ਕੋਈ ਘਾਲ ਹੈਗਾ, ਆਪਾਂ ਨੂੰ ਇਹ ਠੀਕ ਕਰਨਾ ਚਾਹੀਦਾ ਹੈਗਾ, ਆਪਣੀ ਸੰਪੱਤੀ ਹੁੰਦੀ ਇਹ। ਉਹ ਵੀ ਡਸਟਬਿਨ ਦੇਖੋ ਜੀ, ਗੰਦ ਪਿਆ ਹੋਇਆ ਵੈ, ਕੂੜਾ ਬਾਹਰ ਖਿਲਰਿਆ ਪਿਆ ਹੋਇਆ ਵਾ, ਉਹ ਵੀ ਪੌਦਿਆਂ ਨੂੰ, ਸਭ ਨੂੰ ਗੰਦ ਪਾਇਆ ਪਿਆ, ਸਾਰਾ ਗੰਦ ਪਿਆ ਬਾਹਰ, ਸਾਰਾ ਟੋਟਲੀ ਗੰਦ ਪਾਇਆ। ਇਹ ਸਿਸਟਮ ਨੂੰ ਬਦਲਣਾ ਚਾਹੀਦਾ ਮੇਰੇ ਹਿਸਾਬ ਨਾਲ ਜੀ, ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ, ਪਤਾ ਲੱਗੇ ਜੀ ਵੀ ਆਪਣੇ ਪੌਦੇ ਨੇ ਜਿਹਨਾਂ ਨੇ ਹਰਿਆਲੀ ਦੇਣੀ ਹੈ, ਜਿਹਨਾਂ ਨੇ ਸਾਨੂੰ ਸਾਹ ਦੇਣਾ, ਅਸੀਂ ਉਹਨਾਂ ਨੂੰ ਗੰਦਲਾ ਕਰ ਰਹੇ ਹੈਗੇ ਹਾਂ।